ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ ਇੱਕ ਧੀ। ਪੁਲਿਸ ਕਮਿਸ਼ਨਰ ਦਫ਼ਤਰ ਸ਼ਿਕਾਇਤ ਲੈ ਕੇ ਪਹੁੰਚੀ ਮਹਿਲਾ, ਆਪਣੇ ਪਤੀ ਤੇ ਹੀ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਾਉਣ ਦਾ ਲਗਾਇਆ ਦੋਸ਼। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਸ਼ਿਕਾਇਤ ਲੈ ਕੇ ਪਹੁੰਚੀ ਇੱਕ ਮਹਿਲਾ, ਜਿਸਨੇ ਆਪਣੇ ਪਤੀ ਉੱਪਰ ਬਿਨਾਂ ਤਲਾਕ ਦਿੱਤੇ ਦੂਸਰੀ ਮਹਿਲਾ ਨਾਲ ਵਿਆਹ ਕਰਾਉਣ ਦਾ ਦੋਸ਼ ਲਗਾਇਆ ਹੈ। ਮਹਿਲਾ ਨੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਸ਼ਿਕਾਇਤ ਸੌਂਪ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਥਾਣਾ ਬਸਤੀ ਜੋਧੇਵਾਲ ਅਤੇ ਵੂਮਨ ਸੈੱਲ ਦੇ ਵਿੱਚ ਕਈ ਵਾਰ ਜਾ ਚੁੱਕੀ ਹੈ, ਪਰ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਉਹ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਣ ਨੂੰ ਮਜਬੂਰ ਹੋ ਗਈ। ਉਸਨੇ ਕਿਹਾ ਕਿ ਪਹਿਲਾਂ ਉਸਦੇ ਪਤੀ ਵੱਲੋਂ ਮਹਿਲਾ ਨਾਲ ਰੋਜ਼ਾਨਾ ਕੁੱਟਮਾਰ ਵੀ ਕੀਤੀ ਜਾਂਦੀ ਸੀ, ਮਗਰ ਹੁਣ ਤਾਂ ਉਸਨੇ ਬਿਨਾਂ ਤਲਾਕ ਦਿੱਤੇ ਦੂਸਰੀ ਮਹਿਲਾ ਨਾਲ ਵਿਆਹ ਵੀ ਕਰਵਾ ਲਿਆ ਹੈ। ਉਸਨੇ ਕਿਹਾ ਕਿ ਉਸਦੇ ਪਤੀ ਨੇ ਵਿਆਹ ਤੋਂ ਪਹਿਲਾਂ ਉਸਨੂੰ ਕਿਹਾ ਸੀ ਕਿ ਉਹ ਬਿਜਲੀ ਬੋਰਡ ਦੇ ਵਿੱਚ ਲਾਈਨਮੈਨ ਹੈ, ਜਦਕਿ ਉਹ ਬਿਜਲੀ ਬੋਰਡ ਦੇ ਵਿੱਚ ਚਪੜਾਸੀ ਦਾ ਕੰਮ ਕਰ ਰਿਹਾ ਹੈ। ਉਸਨੇ ਵਿਆਹ ਤੋਂ ਪਹਿਲਾਂ ਵੀ ਉਸ ਨਾਲ ਕਈ ਝੂਠ ਬੋਲੇ ਸਨ, ਹੁਣ ਬਿਨਾਂ ਤਲਾਕ ਦਿੱਤੇ ਹੀ ਦੂਸਰੀ ਮਹਿਲਾ ਨਾਲ ਵਿਆਹ ਕਰਵਾ ਲਿਆ ਹੈ। ਤਾਂ ਦੂਜੇ ਪਾਸੇ ਜਦੋਂ ਪੱਤਰਕਾਰਾਂ ਵੱਲੋਂ ਉਸ ਵਿਅਕਤੀ ਦੇ ਨਾਲ ਉਸਦੇ ਪਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ ਵਾਰ ਫੋਨ ਕਰਨ ਤੋਂ ਬਾਅਦ ਵੀ ਉਸਨੇ ਇਸ ਗੱਲ ਨੂੰ ਟਾਲਦੇ ਹੋਏ ਆਪਣਾ ਪੱਖ ਦੇਣ ਤੋਂ ਮਨਾ ਕਰ ਦਿੱਤਾ। ਮੇਰਾ ਨਾਮ ਮੇਰਾ 2019 'ਚ ਵਿੱਚ ਵਿਆਹ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਉਹ ਪੱਕਾ ਹੋਇਆ ਸਰਕਾਰੀ 'ਚ, ਜਦੋਂ ਸਰਕਾਰੀ ਮਹਿਕਮੇ 'ਚ ਪੱਕਾ ਹੋਇਆ ਉਦੋਂ ਦਾ ਇਹ, ਉਸ ਤੋਂ ਬਾਅਦ ਲੜਾਈ 'ਚ ਝਗੜਾ ਸ਼ੁਰੂ ਕਰਤੇ ਨੇ, ਮੇਰੇ 'ਤੇ ਇਲਜ਼ਾਮ ਲਗਾ ਲੱਗ ਗਿਆ। ਉਸ ਤੋਂ 3 ਸਾਲ ਹੋ ਗਏ ਮੇਰੇ ਵੂਮੈਨ ਸੈੱਲ ਦੇ ਵਿੱਚ ਕੇਸ ਚੱਲਦੇ ਨੂੰ, ਅਤੇ 3 ਸਾਲ ਹੋ ਗਏ ਸੁਣਵਾਈ ਨਹੀਂ ਹੋ ਰਹੀ। ਅੱਜ ਉਹ ਅੱਜ ਇੱਕ ਕੁੜੀ ਨੂੰ ਹੁਣ ਵਿਆਹ ਕੇ ਲਿਆਇਆ, ਜਿਹਨਾਂ ਵਾਰੀ ਕਾਫੀ ਟਾਈਮ ਤੋਂ ਗੱਲਬਾਤ ਸੀ, ਮੈਂ ਉਹਨੂੰ 2 ਵਾਰੀ ਫਕੜਿਆ ਵੀ, ਅਤੇ ਉਹ ਕਹਿੰਦਾ ਕੋਈ ਨਹੀਂ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ। ਫਿਰ ਵੀ ਉਹ ਫਿਰ ਇੱਦਾਂ ਸਭ ਠੀਕ ਹੋਇਆ, ਫਿਰ ਉਹਦੇ ਹੁਣ ਹਾਰ ਕੇ ਉਹ ਵਿਆਹ ਕਰਾ ਕੇ ਆਇਆ। ਨਹੀਂ, ਕੌਣ ਹੈ ਵਿਅਕਤੀ? ਜਿਹੜਾ ਗੁਰਦਾਸਪੁਰ ਤੋਂ ਆ ਕੁੜੀ? ਨਹੀਂ, ਉਹ ਜਿਹੜੇ ਵਿਅਕਤੀ ਬਾਰੇ ਗੱਲ ਕਰ ਰਹੇ ਹੋ, ਵਿਅਕਤੀ ਕੌਣ ਹੈ? ਨਿਰਭੈ ਸਿੰਘ, ਮੇਰੇ ਹਸਬੈਂਡ। ਹਸਬੈਂਡ ਕਿੱਥੇ ਜੋਬ ਕਰਦੇ ਨੇ? ਉਹ ਬਿਜਲੀ ਮਹਿਕਮੇ ਦੇ ਵਿੱਚ। ਅੱਛਾ ਜੀ। ਹਾਂਜੀ, ਚਪੜਾਸੀ ਦੀ ਜੋਬ ਹੈ ਉਹਨਾਂ ਦੀ, ਮੈਨੂੰ ਕਹਿੰਦੇ ਲਾਈਨਮੈਨ ਆ ਤੇ ਚਪੜਾਸੀ ਦੀ ਜੋਬ ਕਰਕੇ ਤੁਹਾਡਾ ਵਿਆਹ ਕਰਾਇਆ ਸੀ? ਹਾਂਜੀ। ਅੱਛਾ ਜੀ, ਤੇ ਹੁਣ ਤੁਸੀਂ ਜੋ ਕਹਿ ਰਹੇ ਹੋ ਦੂਜਾ ਵਿਆਹ ਕਰਾ ਲਿਆ, ਤੁਹਾਡਾ ਕੋਈ ਤਲਾਕ ਲਿਆ ਕਿ ਨਹੀਂ ਲਿਆ ਉਹਨਾਂ ਨੇ? ਨਹੀਂ, ਮੇਰਾ ਕੋਈ ਤਲਾਕ ਨਹੀਂ ਹੋਇਆ ਹੈਗਾ, ਉਹਨਾਂ ਨੇ ਵਿਆਹ ਕਰਾ ਲਿਆ ਜੋੜੀ। ਕਿੰਨੇ ਸਾਲਾਂ ਤੋਂ ਹੁਣ ਲੱਗ ਰਹਿ ਰਹੀ ਸੀ? ਅਸੀਂ ਉਹਨਾਂ ਤੋਂ, ਮੈਨੂੰ ਹੈਗੇ 4.5 ਸਾਲ ਹੋ ਗਏ ਉਹਨਾਂ ਤੋਂ ਅਲੱਗ। ਉੱਦਾਂ ਵਿੱਚ ਗਈ ਸੀਗੀ ਮੈਂ, ਵੂਮੈਨ ਸੈੱਲ ਵਾਲਿਆਂ ਨੇ ਕਿਹਾ ਸੀ ਕਿ ਤੁਸੀਂ ਜਾ ਸਕਦੇ ਹੋ, ਮੈਂ ਗਈ ਅਤੇ ਉਹਨਾਂ ਨੇ ਫਿਰ ਮੈਨੂੰ ਮੋੜ ਕੁੱਟਮਾਰ ਕਰਕੇ ਕੱਢਤਾ ਘਰੋਂ ਬਾਹਰ। ਹੁਣ ਇੱਥੇ ਮੈਂ ਆਈ ਹਾਂ, ਮੈਂ ਵੂਮੈਨ ਸੈੱਲ 3 ਵਾਰੀ ਗਈ ਹਾਂ, ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਉਹ ਬਸ ਉਹ ਕਹਿੰਦਾ ਵਾ ਕਿ ਮੇਰੀ ਜੇਬ 'ਚ ਨੇ ਸਾਰੇ, ਪਰ ਜੇ ਵੂਮੈਨ ਸੈੱਲ ਸਾਰਾ ਉੱਥੇ ਮੈਨੂੰ ਇਨਸਾਫ ਦਵਾਇਆ ਜਾਵੇ ਕਿ ਉਹ ਉੱਥੇ ਸੁਣਵਾਈ ਨਹੀਂ ਹੋ ਰਹੀ ਕੁੜੀਆਂ ਦੀ, ਮੁੰਡਿਆਂ ਦੀ ਜ਼ਿਆਦਾਤਰ ਸੁਣੀ ਜਾ ਰਹੀ ਆ, ਇੱਥੇ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ। ਇੱਥੇ ਆਉਣ ਦਾ ਕੀ ਫਾਇਦਾ ਜੇ ਅਸੀਂ ਵੂਮੈਨ ਸੈੱਲ 'ਤੇ ਕੇਸ ਅਸੀਂ ਇਸ ਕਰਕੇ ਲਗਾ ਰਹੇ ਹਾਂ ਕਿ ਸਾਡੀ ਸੁਣਵਾਈ ਹੋਵੇ ਕੁੜੀਆਂ ਦੀ, ਪਰ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਤੇ ਮੁੰਡੇ ਸੁਣਵਾਈ ਹੋ ਰਹੀ ਆ। ਕਿੰਨੇ ਸਾਲ ਤੋਂ ਥਾਣੇ ਵਿੱਚ ਘੁੰਮ ਰਹੇ ਹੋ? ਸਾਨੂੰ 3 ਸਾਲ ਹੋ ਗਏ ਮੈਨੂੰ। ਹੁਣ ਕੀ ਮੰਗ ਕਰਦੇ ਹੋ ਉੱਥੇ ਪਹੁੰਚੇ ਹੋ? ਉੱਥੇ ਇੱਥੇ ਮੈਂ ਇਹੀ ਮੰਗਦਾ ਮੈਨੂੰ ਇਨਸਾਫ ਮਿਲੇ। ਠੀਕ ਹੈ ਜੀ। ਦੂਜਾ ਵਿਆਹ ਕਰਾਉਣਾ ਕਿਉਂ ਦੱਸਿਆ ਗਿਆ ਤੁਹਾਨੂੰ? ਮੇਰੇ ਕੋਲ ਪ੍ਰੂਫ ਹੈਗੇ ਨੇ, ਉਹ ਕਹਿੰਦੇ ਕਿਸੇ ਕੰਮ ਦੇ ਨਹੀਂ ਹੈਗੇ, ਵੂਮੈਨ ਸੈੱਲ ਵਾਲੇ ਕਹਿ ਰਹੇ ਨੇ। ਦੂਜਾ ਵਿਆਹ ਕਰਾਇਆ ਉਹਨੇ? ਅਸੀਂ ਸਾਰੀ ਇਨਕੁਆਇਰੀ ਕਰਵਾਈ ਆ। ਤੁਹਾਨੂੰ ਦੱਸਿਆ ਨਹੀਂ ਗਿਆ ਵਿਆਹ? ਨਹੀਂ, ਉਹ ਉੱਥੇ ਮੁੱਕਰ ਦਾ ਵਿਆਹ, ਮੈਂ ਵਿਆਹ ਨਹੀਂ ਕਰਾਇਆ, ਪਰ ਉਹਨੇ ਵਿਆਹ ਕਰਾਇਆ ਹੋਇਆ। ਹਾਂਜੀ, ਆਹ ਦੇਖੋ ਜੀ, ਆਹ ਪ੍ਰੂਫ ਨੇ,
ਦੋ ਮੈਡਮ ਇੱਕ ਰੱਖੀ ਹੋਈਆਂ ਨੇ ਉਹਨਾਂ ਦੇ ਸਿਰ ਤੇ ਟੱਪ ਦਾ ਵਾ ਇੱਕ ਵੂਮਨ ਸੈੱਲ ਦੇ ਵਿੱਚ ਇੱਕ ਇਨਸਾਨ ਰਾਜੂ ਨੂੰ ਲੈ ਕੇ ਗਿਆ ਸੀ ਉਹਨਾਂ ਨੂੰ ਸਿਫਾਰਿਸ਼ਾਂ ਪਵਾ ਕੇ ਤੇ ਕਹਿੰਦੇ ਕਿ ਉਹਨਾਂ ਦੀ ਸੁਣਵਾਈ ਹੋਈ ਮੇਰੀ ਸੁਣਵਾਈ ਨਹੀਂ ਹੋਈ ਹੈਗੀ ਉਹਨਾਂ ਦੀ ਰਾਜੂ ਉਹਨਾਂ ਦੇ ਨਾ ਪ੍ਰੈਸ ਇੱਦਾਂ ਹੀ ਸੀਗਾ ਪ੍ਰੈਸ ਰਿਪੋਰਟਰ ਅਤੇ ਉਹ ਉਹਨਾਂ ਨੂੰ ਲੈ ਕੇ ਗਏ ਸੀਗੇ ਮੈਨੂੰ ਲੈ ਕੇ ਮੇਰੀ ਕੁੜੀ ਨੂੰ 2.5-3 ਸਾਲ ਹੋ ਗਏ ਘਰ ਛੱਡ ਕੇ ਚੱਲ ਗਿਆ ਪੱਕਾ ਹੋਇਆ ਛੱਡ ਕੇ ਚਲਾ ਗਿਆ ਕਾਰਨ ਕੀ ਸੀਗਾ ਇਸ 'ਤੇ ਇਲਜ਼ਾਮ ਲਗਾ ਰਿਹਾ ਸੀਗਾ ਝੂਠੇ ਇਲਜ਼ਾਮ ਲਾਏ ਜਾ ਰਿਹਾ ਸੀਗਾ ਥਾਣੇ ਵਾਲਿਆਂ ਨੇ ਕੁਛ ਨੀ ਸੁਣਾਈ ਕੀਤੀ ਉਹਨਾਂ ਦੀ ਸੁਣਾਈ ਹੁੰਦੀ ਆ ਕਿਹੜਾ ਥਾਣਾ ਪੈਂਦਾ ਤੇ ਕਿੱਥੇ ਸਾਰੇ ਜੋਧੇ ਵਸਤੀ ਮੇਰੇ ਸਹੁਰਿਆਂ ਵੱਲ ਪੈਂਦਾ ਉੱਥੇ 2-3 ਵਾਰੀ ਰਿਪੋਰਟ ਲਿਖਾਈ ਉੱਥੇ ਕੋਈ ਸੁਣਵਾਈ ਨਹੀਂ ਕੀਤੀ ਮਾਰ ਕੁਟਾਈ ਦੀ ਵੀ ਉੱਥੇ ਕੀਤੀ ਸੀਗੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਘਰੇ ਆ ਕੇ ਵੀ ਮਾਰ ਕੇ ਗਿਆ ਸੀਗਾ ਘਰੇ ਆ ਕੇ ਲੈਣ ਤੇ ਆਇਆ ਨਹੀਂ ਉਹ ਮਾਰ ਕੁੱਟ ਕੇ ਦਗਿਆ ਤੇ ਉਹਨਾਂ ਦੀ ਸਪੋਰਟ ਇੱਕ ਮਾਹੀ ਨਾਲ ਉਹਨਾਂ ਦੇ ਦੋਸਤ ਉਹਨਾਂ ਦੀ ਬਹੁਤ ਸਪੋਰਟ ਕਰਦੇ ਨੇ ਮਾਤਾ ਕਿੱਥੇ ਰਹਿਣ ਵਾਲੇ ਸੀ ਅਸੀਂ ਲੁਧਿਆਣੇ ਦੇ ਰਹਿਣ ਵਾਲੇ ਸੀ